ਕੈਨੇਡਾ ਦੇ ਕਿਊਬਿਕ ਪ੍ਰੋਵਿੰਸ 'ਚ ਹੁਣ ਤੱਕ 3,596 ਲੋਕ ਕੋਰੋਨਾ ਕਾਰਨ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਨੇ ਅਤੇ ਸੋਮਵਾਰ ਨੂੰ ਕੋਵਿਡ-19 ਦੇ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ 43,567 ਦਰਜ ਕੀਤੀ ਗਈ। ਬੀਤੇ ਦਿਨ ਮਰਨ ਵਾਲਿਆਂ ਦੀ ਗਿਣਤੀ 3,562 ਸੀ, ਜਦਕਿ ਅੱਜ 34 ਮਰੀਜ਼ਾਂ ਦੇ ਹੋਰ ਮਰਨ ਨਾਲ ਇਹ 3,596 ਦਰਜ ਕੀਤੀ ਗਈ। ਇਸ ਸਭ ਦੇ ਬਾਵਜੂਦ ਕਿਊਬਿਕ ਦੇ ਪ੍ਰੀਮੀਅਰ ਨੇ ਦੱਸਿਆ ਕਿ ਮੋਂਟਰੀਅਲ ਏਰੀਆ ਦੇ ਵਪਾਰਕ ਅਦਾਰੇ 25 ਮਈ ਨੂੰ ਤੈਅ ਯੋਜਨਾ ਮੁਤਾਬਕ ਖੁੱਲ੍ਹਣਗੇ, ਜਦਕਿ ਸਿਹਤ ਮੰਤਰੀ ਨੇ ਐਲਾਨ ਕੀਤਾ ਕਿ ਹਸਪਤਾਲ 'ਚ ਹੋਣ ਵਾਲੇ ਆਪਰੇਸ਼ਨ ਫਿਲਹਾਲ ਰੋਕ ਦਿੱਤੇ ਗਏ ਨੇ ਕਿਉਂਕਿ ਕਿਊਬਿਕ ਪ੍ਰੋਵਿੰਸ 'ਚ ਕੋਰੋਨਾ ਨੇ ਦੁਬਾਰਾ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਨੇ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ TV। ਫੋਰ ਮੋਰ ਨਿਊਜ਼ ਅਪਡੇਟਸ ਐਂਡ ਐਂਟਰਟੇਨਮੈਂਟ ਵੀਡੀਓਜ਼, ਪਲੀਜ਼ ਸਬਸਕ੍ਰਾਈਬ ਆਰ ਚੈਨਲ। ਫੋਰ ਆਲ ਲੇਟੈਸਟ ਨੋਟੀਫਿਕੇਸ਼ਨ, ਡੋਂਟ ਫੋਰਗੇਟ ਟੂ ਪ੍ਰੈਸ ਦ ਬੈਲ ਆਈਕਨ।